ਨੇ ਮੈਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਜੇ ਉਹ ਬੱਸਾਂ ਕਰਵਾ ਰਹੇ ਨੇ ਜਾਂ ਕੋਈ ਬੱਸਾਂ ਜਾਂ ਗੱਡੀਆਂ ਕਰਵਾ ਕੇ ਉਹਦੇ ਅੱਗੇ ਇੱਕ ਛੋਟੀ ਜਿਹੀ ਆਪਣੇ ਭਰਾ ਦੇ ਨਾਮ ਦੀ ਫਲੈਕਸ ਜ਼ਰੂਰ ਬਣਵਾ ਕੇ ਲਾਇਓ, ਠੀਕ ਹੈ ਨਾ, ਤਾਂ ਜੋ ਮੈਨੂੰ ਪਤਾ ਲੱਗਦਾ ਰਿਹਾ ਵੀ ਕੌਣ ਕੌਣ ਕਿੱਥੋਂ ਕਿੱਥੋਂ ਆਇਆ ਹੈ ਨਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸਿੰਗਰ ਅਤੇ ਸੌਂਗ ਰਾਈਟਰ ਦੀ ਜਿਸ ਦਾ ਅੱਜ ਹੈ ਦਿੜਬਾ ਦੇ ਵਿੱਚ ਲਾਈਵ ਸ਼ੋਅ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ। ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਆਪਣੇ ਫੈਨਸ ਨੂੰ ਇਹ ਦਰਖਾਸਤ ਕੀਤੀ ਸੀ ਕਿ ਜਿਹੜੇ ਜਿਹੜੇ ਫੈਨਸ ਦਿੜਬੇ ਦਾ ਸ਼ੋਅ ਦੇਖਣ ਜਾ ਰਹੇ ਨੇ ਉਹ ਆਪਣੀਆਂ ਗੱਡੀਆਂ ਅਤੇ ਆਪਣੀ ਬੱਸਾਂ ਦੇ ਅੱਗੇ ਫਲੈਕਸ ਪ੍ਰਿੰਟ ਕਰਾਉਣ, ਜਿਸ ਦੇ ਵਿੱਚ ਉਹ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਣ। ਅਤੇ ਹੁਣ ਸਿੱਧੂ ਮੂਸੇਵਾਲਾ ਨੇ ਆਪਣੇ ਉਹਨਾਂ ਫੈਨਸ ਦੀ ਫੋਟੋਗ੍ਰਾਫਸ ਨੂੰ ਵੀ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਆਪਣੇ ਦਿੜਬਾ 'ਚ ਹੋਣ ਵਾਲੀ ਅੱਜ ਦੀ ਪਰਫਾਰਮੈਂਸ ਲਈ ਇੱਕ ਵੱਡੀ ਅਨਾਊਂਸਮੈਂਟ ਤਾਂ ਕੀਤੀ ਹੀ ਸੀ, ਪਰ ਆਪਣੇ ਫੈਨਸ ਨੂੰ ਇੱਕ ਦਰਖਾਸਤ ਵੀ ਕੀਤੀ ਸੀ ਕਿ ਉਸਦੇ ਜਿਹੜੇ ਵੀ ਫੈਨਸ ਇਸ ਸ਼ੋਅ ਨੂੰ ਦੇਖਣ ਆਉਣ ਉਹ ਆਪਣੀਆਂ ਗੱਡੀਆਂ 'ਤੇ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਵਾ ਕੇ ਆਉਣ। ਮੈਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਵੀ ਜੇ ਉਹ ਬੱਸਾਂ ਕਰਵਾ ਰਹੇ ਨੇ ਜਾਂ ਕੋਈ ਬੱਸਾਂ ਜਾਂ ਗੱਡੀਆਂ ਕਰਵਾ ਕੇ ਉਹਦੇ ਅੱਗੇ ਇੱਕ ਛੋਟੀ ਜਿਹੀ ਆਪਣੇ ਭਰਾ ਦੇ ਨਾਮ ਦੀ ਫਲੈਕਸ ਜ਼ਰੂਰ ਬਣਵਾ ਕੇ ਲਾਇਓ, ਠੀਕ ਹੈ ਨਾ, ਤਾਂ ਜੋ ਮੈਨੂੰ ਪਤਾ ਲੱਗਦਾ ਰਿਹਾ ਵੀ ਕੌਣ ਕੌਣ ਕਿੱਥੋਂ ਕਿੱਥੋਂ ਆਇਆ ਹੈ ਨਾ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਫੋਟੋ ਅਤੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਆਓ ਤੁਸੀਂ ਵੀ ਦੇਖੋ ਸਿੱਧੂ ਮੂਸੇਵਾਲਾ ਦੀਆਂ ਇਹ ਪੋਸਟ। ਸਿੱਧੂ ਮੂਸੇਵਾਲਾ ਦਾ ਦਿੜਬੇ ਦਾ ਇਹ ਲਾਈਵ ਸ਼ੋਅ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਤੇ ਇੱਕ ਕਾਫੀ ਵੱਡਾ ਮੁਕਾਬਲਾ ਵੀ ਮੰਨਿਆ ਜਾ ਰਿਹਾ, ਜਿਸ ਦੇ ਚੱਲਦੇ ਹੁਣ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਸਿੱਧੂ ਦੀ ਰਿਕੁਐਸਟ ਨੂੰ ਐਕਸੈਪਟ ਕੀਤਾ ਤੇ ਉਹਨਾਂ ਨੇ ਉਹਨਾਂ ਦੀ ਫਲੈਕਸ ਕਢਾ ਕੇ ਆਪਣੇ ਪਿੰਡ ਦਾ ਨਾਮ ਲਿਖਾ ਕੇ ਆਪਣੇ ਗੱਡੀਆਂ ਮੂਹਰੇ ਲਗਾਉਣ ਦੀ ਤਿਆਰੀ ਵੀ ਕਰ ਲਈ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਇਹ ਮੁਕਾਬਲਾ ਕਿਸ ਦੇ ਹੱਕ ਵਿੱਚ ਜਾਏਗਾ? ਕਮੈਂਟ ਕਰੇ ਸਾਨੂੰ ਜ਼ਰੂਰ ਦੱਸੋ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ, ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟ ਆਫ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdhan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।